बंद कर दिंदा दूजे तो। उन्हें कह दी सानू अर्थ नहीं समझ पैंदे, गुरु साहब कहिंदे नहीं समझ पैंदे फिर भी करना पाठ। कहिंदे इह की महाराज जो अर्थ नहीं समझ पै रहे, गुरु साहब जी हाथ पै कह लगे तुहाडा सवाल दुरुस्त है पर इहदा उत्तर ठहर के देंगे। उस देरी दुपहरे मीह पिया, मीह पै के हटिया, लोडे वेले महाराज बाहर निकले। कीरतपुर साहब की घटना है कि एक साडा इतिहास है, झाड़ियां विच चमकदी हुई कोई चीज दिसी, गुरु साहब ने घोड़ा रोक लिया। पुछदे ने सिखां नूं इह झाड़ियां विच चमक की रहा है, एक सिख फटाफट गया जी, उन्हें कि देखिया मिट्टी दे टुटे हुए भांडे दी बबरी सी ठीकरी, मिट्टी दा भांडा टुट चुका सी, किसे घरों बाहर सटिया, ओह ठीकरी चमके पई, सूरज दी रोशनी नाल तपश नाल ओहदे विचों घिओ बाहर निकले पिया, मिट्टी दी टुटी हुई सी। महाराज ने हाथ च पकड़ ली ते जिन्ना प्रश्न कीता कुदरती तौर ते ओह वी नाल। महाराज घोड़े ते बैठे कहिंदे आ ਇਹ ਮਿੱਟੀ ਦਾ ਭਾਂਡਾ ਹੈ, ਇਹਦੇ ਵਿੱਚੋਂ ਥਿੰਦਾ ਕਿਉਂ ਨਿਕਲ ਰਿਹਾ, ਭਾਂਡੇ ਤਾਂ ਹੋਰ ਵੀ ਟੁੱਟੇ ਪਏ ਨੇ ਉਹ ਤਾਂ ਚਮਕਦੇ ਨੇ। ਅੱਗੋਂ ਉੱਤਰ ਦਿੰਦੇ ਨੇ ਮਹਾਰਾਜ ਇਸ ਮਿੱਟੀ ਦੇ ਭਾਂਡੇ 'ਚ ਮੱਖਣ ਘਿਓ ਪੈਂਦਾ ਰਿਹਾ, ਜਿੰਨੀ ਦੇਰ ਤੱਕ ਇਹ ਭਾਂਡਾ ਰਿਹਾ ਇਹ 'ਚ ਘਰ ਰੋਜ਼ ਘਿਓ ਪੈਂਦਾ ਸੀ। ਤੇ ਮਹਾਰਾਜ ਕਹਿੰਦੇ ਭਾਂਡੇ ਵੀ ਤਾਂ ਜਿੰਦ ਵੀ ਕੋਈ ਨਹੀਂ, ਇਹ ਟੁੱਟ ਗਿਆ ਤੇ ਫਿਰ ਕਿਉਂ ਥਿੰਦਿਆ ਥਿੰਦਾ ਆ ਰਿਹਾ। ਅੱਗੋਂ ਉੱਤਰ ਦਿੰਦੇ ਆ ਮਹਾਰਾਜ ਇਹ ਰੋਜ਼ ਘਿਓ ਪੈਂਦਾ ਸੀ, ਇੰਨਾ ਕੁ ਅੰਦਰ ਘਿਓ ਰਚ ਗਿਆ। ਤੇ ਮਹਾਰਾਜ ਕਹਿੰਦੇ ਭਾਂਡਾ ਵਧਿਆ ਤੇ ਕੋਈ ਨਹੀਂ ਨਾ, ਬੰਦਾ ਘਿਓ ਖਾਂਦਾ ਹੈ ਤੇ ਤਾਕਤ ਆਉਂਦੀ, ਭਾਂਡੇ ਦਾ ਆਕਾਰ ਤੇ ਉਨਾ ਹੀ ਜਿੰਨਾ ਘਮਾਰ ਨੇ ਬਣਾਇਆ ਸੀ, ਪਰ ਮਹਾਰਾਜ ਇਹ ਰੋਜ਼ ਘਿਓ ਪਾਣ ਕਰਕੇ ਇਹਦੇ ਮਸਾਮਾ ਵਿੱਚ ਬਿਲਕੁਲ ਘਿਓ ਰਚ ਚੁੱਕਾ ਹੈ, ਤੇ ਟੁੱਟਣ ਤੋਂ ਬਾਅਦ ਜਿਹੜਾ ਵਿੱਚ ਘਿਓ ਰਚਿਆ ਉਹ ਸੂਰਜ ਦੀ ਕਿਰਨ ਨਾਲ ਬਾਹਰ ਨਿਕਲ ਰਿਹਾ ਹੈ। ਮਹਾਰਾਜ ਕਹਿੰਦੇ ਭਾਂਡੇ ਨੂੰ ਪਤਾ ਸੀ ਇਹ ਘਿਓ ਹੈ, ਭਾਂਡੇ ਨੂੰ ਇਹਦੇ ਅਰਥਾਂ ਦਾ ਪਤਾ? ਕਹਿੰਦੇ ਨਹੀਂ। ਗੁਰੂ ਸਾਹਿਬ ਕਹਿੰਦੇ ਉਹ ਸਿੱਖੋ ਜੇ ਮਿੱਟੀ ਦੇ ਭਾਂਡੇ 'ਚ ਰੋਜ਼ ਮੱਖਣ ਪਵੇ ਘਿਓ ਪਵੇ ਉਹ ਭਾਂਡੇ ਵਿੱਚ ਰਚ ਜਾਂਦਾ ਹੈ, ਤੇ ਟੁੱਟਣ ਤੋਂ ਬਾਅਦ ਵੀ ਉਹਦੀ ਥੰਧਿਆਈ ਬਾਹਰ ਆਉਂਦੀ ਹੈ। ਆ ਸਰੀਰ ਭਾਂਡਾ ਹੈ, ਇਹਦੇ 'ਚ ਰੋਜ਼ ਗੁਰੂ ਕੀ ਬਾਣੀ ਪਾਇਓ, ਸੱਚੇ ਵੇ ਦੇ ਮਰਨ ਤੋਂ ਬਾਅਦ ਵੀ ਇਹਦੀ ਥੰਧਿਆਈ ਆਤਮਾ ਦੇ ਨਾਲ ਚੱਲ ਜਾਵੇ, ਬਾਣੀ ਨਹੀਂ ਛੱਡ ਜਾਂਦੀ।